ਉਹ ਮੇਰੇ ਯਾਰ ਦੇ ਗੁਲਾਮੋ ਮੌਤ ਮੈਂ ਡਰਾਉਣ ਵਾਸਤੇ ਪੈਦਾ ਨਹੀਂ ਕੀਤੀ ਕਿਉਂਕਿ ਪੈਦਾ ਮੈਂ ਕੀਤਾ ਲਫਰਮਾਂਦਾ ਪੈਦਾ ਮੈਂ ਕੀਤਾ ਤਖਲੀਕ ਮੌਤ ਨੂੰ ਮੈਂ ਕੀਤਾ ਮੁਸਲਮਾਨ ਦਾ ਹੱਕ ਨਹੀਂ ਬਣਦਾ ਮੌਤ ਕੋਲੋਂ ਡਰਨਾ ਮੁਸਲਮਾਨ ਦਾ ਹੱਕ ਬਣਦਾ ਹੈ ਕਿ ਉਹ ਸਿਰਫ ਅੱਲਾਹ ਕੋਲੋਂ ਡਰੇ ਮੌਤ ਕੋਲੋਂ ਨਹੀਂ ਅੱਜ ਕੱਲ੍ਹ ਕਾਰੀ ਸਾਹਿਬ ਲੋਕ ਮੌਤ ਕੋਲੋਂ ਡਰਦੇ ਨੇ ਮੌਤ ਕੋਲੋਂ ਮਰਨਾ ਜਾਵਾਂ ਬੱਚਿਆਂ ਦੇ ਕੀ ਬਣੇਗਾ ਮਰ ਗਿਆ ਤੇ ਫਲਾਂ ਕੰਮ ਰਹਿ ਜਾਏਗਾ ਮਰ ਗਿਆ ਤੇ ਫਲਾਂ ਕੰਮ ਰਹਿ ਜਾਏਗਾ ਅਸੀਂ ਮੌਤ ਕੋਲੋਂ ਡਰਨੇ ਡਰਨਾ ਤੇ ਰੱਬ ਕੋਲੋਂ ਚਾਹੀਦਾ ਹੈ ਅੱਲਾਹ ਫਰਮਾਂਦਾ ਖਲਕਲ ਮੌਤਾ ਮੌਤ ਨੂੰ ਮੈਂ ਤਖਲੀਕ ਕੀਤਾ ਹੈ ਤੇ ਮੌਤ ਮੈਂ ਡਰਾਉਣ ਵਾਸਤੇ ਪੈਦਾ ਨਹੀਂ ਕੀਤੀ ਬਲਕਿ ਕਬਰ ਚ ਮਦੀਨੇ ਵਾਲੇ ਨਾਲ ਮਿਲਾਉਣ ਵਾਸਤੇ ਪੈਦਾ ਕੀਤੀ ਹੈ ਜਿਹਨੂੰ ਗੱਲ ਸਮਝ ਆਈ ਹੈ ਪਿਆਰ ਨਾ ਕਿਉਂ ਸੁਭਾਨ ਅੱਲਾਹ ਦੇਖੋ ਮੈਂ ਲੰਬਾ ਖੁਤਬਾ ਵੀ ਨਹੀਂ ਪੜਿਆ ਲੰਬੀ ਤਮੀਦ ਵੀ ਨਹੀਂ ਇਸ ਵਾਸਤੇ ਕਿ ਮੈਂ ਚਾਹੁੰਦਾ ਆਇਆ ਤੇ ਮੈਂ ਕੁਝ ਦੇ ਜਾਵਾਂ ਮੈਂ ਹਾਲਾਂਕਿ ਰਸਤੇ 'ਚ ਪੰਨਵਾਂ ਅੱਡੇ 'ਤੇ ਖਿਤਾਬ ਕਰਨਾ ਜਾ ਕੇ ਲੇਕਿਨ ਮੈਂ ਹੁਣ ਲੇਟ ਹੁੰਦਾ ਪਿਆਂ ਮੇਰਾ ਸਫ਼ਰ ਹੈ ਅਤੇ ਮੈਂ ਮੇਰੇ ਕਾਰੀ ਸਾਹਿਬਾ ਬੈਠੇ ਨੇ ਸਲਾਮਤ ਰੱਖੇ ਮੇਰੇ ਬੱਚਿਆਂ ਦੇ ਉਸਤਾਦ ਨੇ ਇਹਨਾਂ ਕੋਲੋਂ ਮੇਰੇ ਬੱਚਿਆਂ ਨੇ ਕੁਰਾਨ ਪੜ੍ਹਿਆ ਰੱਬੇ ਕਾਬਾ ਦੀ ਕਸਮ ਜੇ ਮੈਂ ਇਹਨਾਂ ਦੀ ਤਜ਼ੀਮ ਆਪਣੇ ਬਾਪ ਨੂੰ ਵੱਧ ਕੇ ਕਰਨਾ ਅਤੇ ਇਹਨਾਂ ਮੈਨੂੰ ਕਿਹਾ ਕਾਰੀ ਸਾਹਿਬ ਨੂੰ ਸਾਡੀ ਇੱਜ਼ਤ ਦਾ ਮਸਲਾ ਜਾਣਾ ਨਹੀਂ ਮੈਂ ਕਿਹਾ ਚਲੋ ਫਿਰ ਕਸ਼ਤੀਆਂ ਜਲਾ ਦਿੰਦੇ ਹਾਂ ਮੈਂ ਗੱਡੀ ਵਾਪਸ ਭੇਜਦੇ ਮੈਂ ਕਿਹਾ ਰੱਖੀ ਰੱਖ ਕੋਈ ਗੱਲ ਨਹੀਂ ਦੁਆ ਦੇ ਛੱਡ ਜੇ ਬਸ ਸਾਨੂੰ ਹੋਰ ਤੁਸੀਂ ਕੀ ਦੇਣਾ ਪਿਆਰ ਨਾ ਕਿਉਂ ਸੁਭਾਨ ਅੱਲਾਹ ਸੱਜਾ ਹੱਥ ਬਾਹਰ ਕੱਢ ਕੇ ਆਖੋ ਸੁਭਾਨ ਅੱਲਾਹ ਮੇਰੇ ਭਾਈ ਇਸ਼ਰਾਕ ਨੂੰ ਇਹ ਮਹਿਸੂਸ ਨਾ ਹੋਵੇ ਕਿਤੇ ਬੰਦੇ ਨਹੀਂ ਬੈਠੇ ਅਲਹਮਦੁਲਿਲਾ ਸਾਰੇ ਹੀ ਬੰਦੇ ਬੈਠੇ ਨੇ ਵਿੱਚ ਦੋ ਚਾਰ ਹੀ ਮੌਲਵੀ ਨੇ ਉੱਥੇ ਆਖੋ ਤਰ ਸੁਭਾਨ ਅੱਲਾਹ ਦੇਖੋ ਬਿਸਮਿਲਾ ਇਮਾਮ ਉਲੰਬੀਆ ਨਬੀ ਦੇ ਗੁਲਾਮ ਅੱਲਾਹ ਫਰਮਾਉਂਦਾ ਮੌਤ ਨੂੰ ਮੈਂ ਤਖਲੀਕ ਕੀਤਾ ਹੈ ਮੇਰੇ ਮਹਿਬੂਬ ਦੇ ਗੁਲਾਮੋ ਤੁਹਾਨੂੰ ਡਰਾਉਣ ਵਾਸਤੇ ਨਹੀਂ ਮੌਤ ਕੋ ਨਾ ਡਰਿਆ ਕਰੋ ਮੈਂ ਤਖਲੀਕ ਕੀਤਾ ਕਿਉਂਕਿ ਮੈਂ 17 ਮਾਮਾਂ ਨਾਲ ਵੱਧ ਕੇ ਤੇਰੇ ਨਾਲ ਪਿਆਰ ਕਰਨਾ ਤੇ ਮੈਂ ਚਾਹੁੰਦਾ ਕਿ ਤੈਨੂੰ ਮੌਤ ਤਕਲੀਫ ਦੇਵੇ ਅੱਲਾਹ ਫਰਮਾਉਂਦਾ ਮੌਤ ਡਰਾਉਣ ਵਾਸਤੇ ਨਹੀਂ ਕਬਰ ਚ ਮਦੀਨੇ ਵਾਲੇ ਨਾਲ ਮਿਲਾਉਣ ਵਾਸਤੇ ਪੈਦਾ ਕੀਤੀ ਹੈ ਤੇ ਯਾ ਅੱਲਾਹ ਜਿਹੜੀਆਂ ਸਾਵਾਂ ਦਿੱਤੀਆਂ ਕਾਦੇ ਵਾਸਤੇ ਪੈਦਾ ਕੀਤੀਆਂ ਫਰਮਾਇਆ ਖਲਕਲ ਮੌਤਾ ਵਲ ਹਯਾਤਾ ਜਿਹੜੀਆਂ ਸਾਵਾਂ ਦਿੱਤੀਆਂ ਤੈਨੂੰ ਅਯਾਸ਼ੀ ਤੇ ਬਦਮਾਸ਼ੀ ਵਾਸਤੇ ਅਤਾ ਨਹੀਂ ਕੀਤੀਆਂ ਅੱਲਾਹ ਫਰਮਾਉਂਦਾ ਜਿਹੜੀਆਂ ਸਾਵਾਂ ਦਿੱਤੀਆਂ ਬਮਾ ਖਲਕਤੁਲ ਜਿੰਨਾ ਵਲ ਇਨਸਾ ਇਲਾ ਲਿਯਾਬਦੂਨ ਇਹ ਸਾਵਾਂ ਦਿੱਤੀਆਂ ਆਪਣੀ ਇਬਾਦਤ ਵਾਸਤੇ ਆਪਣੇ ਜ਼ਿਕਰ ਵਾਸਤੇ ਤੀਸਰੇ ਮਕਾਮ ਤੇ ਜਿਹੜਾ ਜੁਮਲਾ ਅੱਲਾਹ ਨੇ ਇਸ਼ਾਰ ਫਰਮਾਇਆ ਸੁਣਿਆ ਨੇ ਇਸ 29ਵਾਂ ਪਾਰਾ ਜੇ ਮਤਾ ਕੋ ਮੇਰੇ ਜਾਣੇ ਤੋਂ ਬਾਅਦ ਆਕੇ ਵੀ ਸ਼ਾਫੀ ਸਾਹਿਬ ਨੇ ਕੋ ਹਵਾਲਾ ਨਹੀਂ ਦਿੱਤਾ 29ਵਾਂ ਪਾਰਾ ਸੂਰਾ ਮੁਲਕ ਦੀ ਇਬਤਦਾਈ ਆਇਤ ਪੜ੍ਹ ਕੇ ਵੇਖ ਲਿਆ ਜੇ ਇਨਸ਼ਾ ਅੱਲਾਹ ਤੈਨੂੰ ਤੋਹਫਾ ਦੇਗਾ ਅਗਰ ਸਮਝ ਕੇ ਪੜੋਗੇ ਪਰ ਹਰ ਬੰਦੇ ਨੂੰ ਕੁਰਾਨ ਸਮਝ ਨਹੀਂ ਆਉਂਦਾ ਕੁਰਾਨ ਉਹਨੂੰ ਸਮਝ ਆਉਂਦਾ ਜਿਹਨੇ ਕਿਸੇ ਦੇ ਹੱਥਾਂ ਵਿੱਚ ਹੱਥ ਦਿੱਤੇ ਹੋਣ ਕੁਰਾਨ ਸਮਝ ਨਹੀਂ ਆਉਂਦਾ ਤਵੱਜੋ ਕਰ ਅੱਲਾਹ ਫਰਮਾਉਂਦਾ ਲਿਆ ਬਲੂਆ ਕੁਮ ਅਯਕੁਮ ਅਹਸਨ ਅਮਲਾ ਤੀਸਰੇ ਮਕਾਮ ਤੇ ਅੱਲਾਹ ਫਰਮਾਉਂਦਾ ਮੌਤ ਤੇ ਹਯਾਤੀ ਨੂੰ ਤਖਲੀਕ ਕਰਨ ਦਾ ਇੱਕ ਮਕਸਦ ਹੋਰ ਵੀ ਹੈ ਯਾ ਅੱਲਾਹ ਕਿਹੜਾ ਫਰਮਾਇਆ ਮੈਂ ਮੌਤ ਤੇ ਹਯਾਤੀ ਨੂੰ ਤਖਲੀਕ ਪਾਈ ਇਸ਼ਰਾਕ ਅੱਲਾਹ ਫਰਮਾਉਂਦਾ ਇਸ ਵਾਸਤੇ ਮੈਂ ਤਖਲੀਕ ਕੀਤਾ ਮੈਂ ਵੇਖਣਾ ਚਾਹੁੰਦਾ ਤੁਹਾਡੇ ਵਿੱਚ ਆਸ਼ਕ ਕਿਹੜਾ ਤੇ ਮੁਨਾਫਕ ਕਿਹੜਾ ਮੈਂ ਵੇਖਣਾ ਚਾਹੁੰਦਾ ਤੁਹਾਡੇ ਚੰਗਾ ਕਿਹੜਾ ਤੇ ਮਾੜਾ ਕਿਹੜਾ ਮੈਂ ਵੇਖਣਾ ਚਾਹੁੰਦਾ ਤੁਹਾਡੇ ਵਿੱਚ ਨੇਕ ਕੌਣ ਤੇ ਬਦ ਕੌਣ ਮੈਂ ਵੇਖਣਾ ਚਾਹੁੰਦਾ ਤੁਹਾਡੇ ਚੰਗੇ ਅਮਲ ਕੌਣ ਕਰਦੇ ਤੇ ਮਾੜੇ ਅਮਲ ਕੌਣ ਕਰਦੇ ਤੇ ਯਾ ਅੱਲਾ ਜਿਹੜਾ ਚੰਗੇ ਅਮਲ ਕਰੇ ਤੇਰੀ ਬਾਰਗਾਹ 'ਚ ਉਹਦੇ ਵਾਸਤੇ ਇਨਾਮ ਕੀ ਹੈ ਫਰਮਾਇਆ ਬੜਾ ਵੱਡਾ ਇਨਾਮ ਹੈ ਯਾ ਅੱਲਾ ਕਿੰਨਾ ਵੱਡਾ ਇਨਾਮ ਹੈ ਫਰਮਾਇਆ ਇਹਦੇ ਜਿੱਡਾ ਇਨਾਮ ਹੋ ਹੀ ਕੋ ਨਹੀਂ ਸਕਦਾ ਯਾ ਅੱਲਾ ਕਿਹੜਾ ਇਨਾਮ ਹੈ ਫਰਮਾਇਆ ਬਹੁਤ ਬੜਾ ਇਨਾਮ ਹੈ ਯਾ ਅੱਲਾ ਕੀ ਇਨਾਮ ਹੈ ਫਰਮਾਇਆ ਕੁਰਾਨ ਪੜਿਆ ਕਰ ਡਾਈਜੈਸਟ ਨਾ ਪੜਿਆ ਕਰ ਅਖਬਾਰਾਂ ਨਾ ਪੜਿਆ ਕਰ ਕੁਰਾਨ ਪੜ ਤੈਨੂੰ ਪਤਾ ਲੱਗੇ ਜਿਹੜਾ ਬੰਦਾ ਚੰਗੇ ਅਮਲ ਕਰੇ ਤੇ ਮੇਰੇ ਵੱਲ ਆ ਜਾਏ ਉਹਦੇ ਵਾਸਤੇ ਕਿੰਨਾ ਬੜਾ ਇਨਾਮ ਹੈ ਯਾ ਅੱਲਾ ਕਿਹੜਾ ਇਨਾਮ ਹੈ ਫਰਮਾਇਆ ਮਨ ਆਮਿਲਾ ਸਾਲਿਹਾ ਮਿਨ ਜ਼ਕਰੀ ਔਰ ਉਨਸਾ ਵਹੁਆ ਮੂਮਿਨੁਨ ਫਲਾ ਨੁਹਯਿਯਨਹੁ ਹਯਾਤਨ ਤੈਬਾ ਫਰਮਾਇਆ ਨੇਕ ਅਮਲ ਕਰਨ ਵਾਲਾ ਮਰਦ ਹੋਵੇ ਤੇ ਭਾਵੇਂ ਹੋਵੇ ਔਰਤ ਸ਼ਰਤ ਦੇਵੇ ਵਹੁਆ ਮੂਮਿਨੁਨ ਉਹਦੇ ਗਲੇ 'ਚ ਮੁਹੰਮਦ ਦੀ ਗੁਲਾਮੀ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਆ ਤੇਰੇ ਨਾਰੇ ਦੀ ਵਜ੍ਹਾ ਨਾਲ ਮੈਂ 7 ਮਿੰਟ ਅੱਗੇ ਕਰਨੀ ਹੈ ਅਜ਼ਾਨ ਤੋਂ ਬਾਅਦ ਕਿਉਂਕਿ ਰੋਜ਼ਿਆਂ 'ਚ 7 ਮਿੰਟ ਬਾਅਦ ਹੀ ਬੰਦਾ ਨਮਾਜ਼ ਪੜ੍ਹਦਾ ਨਾ ਅਜ਼ਾਨ ਸੁਣ ਲਾਂਗੇ ਤੇ 7 ਮਿੰਟ ਹੋਰ ਉੱਤੇ ਕਰ ਲਾਂਗੇ ਪਰੇਸ਼ਾਨ ਨਹੀਂ ਹੋਣਾ ਨਮਾਜ਼ ਇੱਥੇ ਪੜ੍ਹਾ ਲਾਂਗੇ ਆਉਂਦੀ ਹੈ ਪੜ੍ਹਾਉਣੀ ਮੈਨੂੰ ਥੋੜ੍ਹਾ ਜਿਹਾ ਉੱਚੀ ਆਖੋ ਸਵਾਲ ਨਾ ਪਤਾ ਲੈ ਗੱਲ ਦਾ ਮਜ਼ਾ ਲੈ ਕੇ ਤੇ ਫਿਰ ਸੁਣਨਾ ਤੇ ਇਹ ਆਪਣੇ ਜ਼ਿਹਨ 'ਚ ਮੇਰੀਆਂ ਗੱਲਾਂ ਬਿਠਾ ਕੇ ਖੜਨੀ ਹੈ ਪਰ ਮੈਂ ਨੇਕ ਅਮਲ ਕਰਨ ਵਾਲਾ ਮਰਦ ਹੋਵੇ ਭਾਵੇਂ ਹੋਵੇ ਔਰਤ ਸ਼ਰਤ ਹੈ ਉਹਦੇ ਗਲੇ 'ਚ ਮੁਹੰਮਦ ਦੀ ਗੁਲਾਮੀ ਦਾ ਪਟਾ ਹੋਵੇ ਨੇਕ ਅਮਲ ਕਰਦਾ ਮੇਰੇ ਵੱਲ ਆ ਜਾਏ ਸਾਲੇ ਅਮਲ ਕਰਦਾ ਮੇਰੇ ਵੱਲ ਆ ਜਾਏ ਭਾਵੇਂ ਬੀਬੀ ਹੈ ਤੇ ਭਾਵੇਂ ਬੰਦਾ ਹੈ ਮੇਰੇ ਵੱਲ ਆ ਜਾਏ ਜਦੋਂ ਉਹ ਦੁਨੀਆ ਤੋਂ ਜਾਏਗਾ ਮੇਰੇ ਵੱਲ ਆਏਗਾ ਲੋਕ ਫੱਟੇ ਤੇ ਪਾ ਕੇ ਆਖਣਗੇ ਮਰ ਗਏ ਲੋਕ ਗੁਸਲ ਦੇ ਕੇ ਆਖਣਗੇ ਮਰ ਗਏ ਲੋਕ ਕਫਨ ਪਾ ਕੇ ਆਖਣਗੇ ਮਰ ਗਏ ਲੋਕ ਜਨਾਦਾ ਚੁੱਕ ਕੇ ਆਖਣਗੇ ਮਰ ਗਏ ਜਨਾਦਾ ਪੜ੍ਹ ਕੇ ਆਖਣਗੇ ਮਰ ਗਏ ਕਬਰ 'ਚ ਰੱਖ ਕੇ ਆਖਣਗੇ ਮਰ ਗਏ ਹਜ਼ਾਰਾਂ ਮਨ ਮਿੱਟੀ ਪਾ ਕੇ ਆਖਣਗੇ ਮਰ ਗਏ ਵਾਪਸ ਘਰ ਆ ਕੇ ਆਖਣਗੇ ਮਰ ਗਏ ਇਹਨਾਂ ਕੁੱਲਾਂ ਤੇ ਆਖਣੇ ਮਰ ਗਏ ਇਹਨਾਂ ਸਾਤੇ ਤੇ ਆਖਣੇ ਮਰ ਗਏ ਇਹਨਾਂ ਦਸਵੇਂ ਤੇ ਆਖਣੇ ਮਰ ਗਏ ਇਹਨਾਂ 40 ਤੇ ਆਖਣੇ ਮਰ ਗਏ ਅੱਲਾਹ ਫਰਮਾਉਂਦਾ ਸਾਰਾ ਜੱਗ ਆਖੇਗਾ ਮਰ ਗਏ ਪਰ ਮੈਂ ਰੱਬ ਅੱਗੇ ਐਲਾਨ ਕਰਨਾ ਫਾਲਾ ਨਹੀਂ ਯੰਨਹੁ ਹਯਾਤਨ ਤੈਬਾ ਫਰਮਾਇਆ ਚੱਲਿਆ ਨਾ ਤੈਨੂੰ ਮੈਂ ਇੱਥੇ ਹੀ ਮਰਨ ਦਿਆਂਗਾ ਨਾ ਉੱਥੇ ਹੀ ਮਰਨ ਦਿਆਂਗਾ ਨਾ ਨਾ ਇੱਥੇ ਹੀ ਮਰਨ ਦਿਆਂਗਾ ਨਾ ਇਹ ਕਿਹਨਾਂ ਨੂੰ ਆਖਿਆ ਹੈ ਬਈ ਕਿਹਨਾਂ ਨੂੰ ਆਖਿਆ ਅੱਲਾ ਨੇ ਉਹ ਸਾਨੂੰ ਤੁਹਾਨੂੰ ਹੀ ਆਖਿਆ ਨਾ ਕਈ ਲੋਕ ਤੇ ਐਡੇ ਚੱਲੇ ਨੇ ਨਮਾਜ਼ ਪੜ੍ਹਨੀ ਮਸੀਤੇ ਆਉਂਦੇ ਕਾਰੀ ਸਾਹਿਬ ਕਿਉਂ ਨਹੀਂ ਆਉਂਦੇ ਭਲਾ
ਉਹਨਾਂ ਨੇ ਤੁਸੀਂ ਗੁਨਾਹਗਾਰ ਹੀ ਬਣੇ ਔਰ ਕਿਹੜਾ ਮੂੰਹ ਲੈ ਕੇ ਜਾਈਏ ਅੱਲਾਹ ਦੀ ਬਾਰਗਾਹ 'ਚ ਕਿਹੜਾ ਮੂੰਹ ਲੈ ਕੇ ਜਾਈਏ ਨਮਾਜ਼ ਪੜ੍ਹਨ ਵਾਸਤੇ ਅੱਲਾਹ ਫਰਮਾਉਂਦਾ ਤੂੰ ਉਹੀ ਲੈ ਕੇ ਆ ਚਵੜਾ ਜਿਹੜਾ ਪਹਿਲੇ ਸੀ ਤੈਨੂੰ ਮੈਂ ਕੁਛ ਨਹੀਂ ਆਉਂਦਾ ਵੇਖੋ ਨਾ ਉਹੀ ਮੂੰਹ ਲੈ ਕੇ ਜਿਹੜਾ ਹੈ ਤੇਰਾ ਜਿਹੜਾ ਮੈਂ ਬਣਾਇਆ ਕਦੀ ਸੋਚਿਆ ਜੇ ਅਸੀਂ ਇਹ ਸੋਚ ਕੇ ਨਮਾਜ਼ ਨਹੀਂ ਪੜ੍ਹਦੇ ਬੜੇ ਗੁਨਾਹਗਾਰਾਂ ਬੜੇ ਸਿਆ ਕਰਾਂ ਸਿਰਫ ਇੰਨੇ ਇੱਕ ਲੰਮੇ ਵਾਸਤੇ ਰਾਤ 1 ਵਜੇ ਇਕੱਲਿਆਂ ਬਹਿ ਕੇ ਮੇਰੀ ਤਰ੍ਹਾਂ ਸੋਚੀ ਨੁਕਰੇ ਲੱਗ ਕੇ ਗਿਰੇਬਾਨ ਝਾਤੀ ਪਾ ਕੇ ਦੇਖੀ 480 ਮੁਲਕ ਨੇ 480 ਮੁਲਕਾਂ 'ਚੋਂ ਅੱਲਾ ਨੇ ਤੈਨੂੰ ਮੁਹੰਮਦ ਦਾ ਗੁਲਾਮ ਬਣਾ ਛੱਡਿਆ ਚੁਣ ਕੇ ਤੂੰ ਮਾਮੂਲੀ ਨਿਸ਼ਾਨ ਯਾਰ ਉਹ ਭਾਵੇਂ ਤੂੰ ਗੁਨਾਹਗਾਰ ਸਿਆ ਕਰ ਬਦਮ ਵਾਲੇ ਹੈ ਤੇ ਨਬੀ ਦਾ ਉਮਤੀ ਅੱਲਾ ਫਰਮਾਂਦਾ ਫਾਲਾ ਨੂ ਹਯੀਲਨਹੁ ਹਯਾਤਨ ਤੈਬਾ ਨਹੀਂ ਮਰਨ ਦਿਆਂਗਾ ਨਾ ਇੱਥੇ ਨਾ ਉੱਥੇ ਕਿਨੂੰ ਮੁਹੰਮਦ ਦੇ ਗੁਲਾਮਾਂ ਨੂੰ ਨਬੀ ਦੇ ਗੁਲਾਮਾਂ ਨੂੰ ਅੱਲਾ ਨਹੀਂ ਮਰਨ ਦਿੰਦਾ ਫਿਰ ਸੁਣਿਆ ਦੇ ਨਬੀ ਦੇ ਗੁਲਾਮਾਂ ਨੂੰ ਅੱਲਾ ਨਹੀਂ ਮਰਨ ਦਿੰਦਾ ਫਿਰ ਸੁਣ ਲਓ ਜੇ ਨਹੀਂ ਸਮਝ ਆ ਨਬੀ ਦੇ ਗੁਲਾਮਾਂ ਨੂੰ ਅੱਲਾ ਨਹੀਂ ਮਰਨ ਦਿੰਦਾ ਇੰਜ ਕਹਿ ਲਓ ਕਿ ਸੂਫੀ ਕਰਾਮ ਨੂੰ ਅੱਲਾ ਨਹੀਂ ਮਰਨ ਦਿੰਦਾ ਫਿਰ ਰੱਬੇ ਕਾਬਾ ਦੀ ਕਸਮ ਮੌਲਵੀ ਰੱਖ ਸਿਰ ਤੇ ਕੁਰਾਨ ਦੱਸ ਉਹ ਜਿਹਦੇ ਗੁਲਾਮ ਨਹੀਂ ਮਰਦੇ ਉਹਨਾਂ ਦਾ ਆਕਾ ਕਿਵੇਂ ਮਰ ਸਕਦਾ ਯਾਰ ਜਿਹਦੇ ਗੁਲਾਮ ਨਹੀਂ ਮਰਦੇ ਐਵੇਂ ਤੇ ਨਾਰੇ ਵੱਜਣ ਡੇ ਇਹਦੀ ਕਬਰਾਂ ਵਾਲੇ ਕੀ ਦਿੰਦੇ ਨੇ ਮੈਂ ਕਿਹਾ ਤੂੰ ਕਦੀ ਲੈਣ ਆਇਆ ਵਾ ਤੇ ਪਤਾ ਲੱਗੇ ਨਾ ਕਬਰਾਂ ਵਾਲੇ ਕੀ ਦਿੰਦੇ ਨੇ ਕਬਰਾਂ ਵਾਲੇ ਕੁਝ ਨਹੀਂ ਕਰ ਸਕਦੇ ਮੈਂ ਕਿਹਾ ਇੰਨਾ ਕਰ ਸਕਦੇ ਨੇ ਸਾਨੂੰ 300 ਕਿਲੋਮੀਟਰ ਤੋਂ ਬੁਲਾ ਸਕਦੇ ਨੇ ਬਈ ਮੈਂ ਆਪ ਆਇਆ ਬਾਬਾ ਜੀ ਦਾ ਉਰਸ ਨਾ